ਸਾਸਰੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਅੱਜ ਹੈਗਾ ਜੀ ਸ਼ਨੀਵਾਰ ਦਾ ਦਿਨ ਤੇ ਮੈਂ ਆਪਣਾ ਵਲੌਗ ਸਵੇਰ ਤੋਂ ਸ਼ੁਰੂ ਕੀਤਾ ਹੈ 8:10 ਤੋਂ 11 ਵਜੇ ਸ਼ੁਰੂ ਕੀਤਾ ਤੇ ਇਧਰ ਮੈਂ ਮਸ਼ੀਨ ਲਾਈ ਹੋਈ ਹੈ ਕੱਪੜੇ ਧੋਣ ਵਾਸਤੇ ਤੇ ਉਧਰ ਮੈਂ ਕਿਚਨ ਦੇ ਵਿੱਚ ਭਾਂਡੇ ਵਗੈਰਾ ਮਾਹਂਦੀ ਪਈਆਂ ਨਾਰਨਰ ਆਪਣੇ ਮਸ਼ੀਨ ਦੇ ਵਿੱਚ ਕੱਪੜੇ ਪਾਏ ਹੋਏ ਨੇ ਧੋਣ ਵਾਸਤੇ ਤੇ ਹੁਣ ਜੇ ਕੱਪੜੇ ਵਗੈਰਾ ਮੇਰੇ ਸਾਰੇ ਧੋਤੇ ਗਏ ਨੇ ਤੇ ਰਸੋਈ ਦਾ ਵੀ ਸਾਰਾ ਕੰਮ ਨਿਬੜ ਗਿਆ ਚੰਗੇ ਤਰ੍ਹਾਂ ਇਨਸਾਫ ਹੋ ਗਈ ਰਸੋਈ ਵੀ ਤੇ ਹੁਣ ਮੈਂ ਇਧਰ ਉਹਦੀ ਪਰਾਂਡੇ ਦੇ ਵਿੱਚੋਂ ਧੋਣ ਲੱਗੀ ਆ ਮਸ਼ੀਨ ਵੀ ਮੈਂ ਧੋਤੂ ਕੇ ਰੱਖ ਦਿੱਤੀ ਐ ਤੇ ਕੱਪੜੇ ਆਪਣੇ ਸਾਰੇ ਨਿਬੜ ਗਏ ਨੇ ਬਸ ਹੁਣ ਕੋਠੇ ਤੇ ਲਿਜਾ ਕੇ ਤੇ ਫਿਰ ਸੁੱਕਣੇ ਪਾਵਾਂਗੇ ਤੇ ਪਹਿਲਾਂ ਇੱਥੋਂ ਮੈਂ ਹੁਣ ਸਫਾਈ ਕਰ ਲਾਂਗੀ ਸਾਰੀ ਆ ਵੇਖੋ ਜੀ ਸਾਰਾ ਧੋ ਰਿਤਾ ਆਪਾਂ ਇੱਥੋਂ ਦੀ ਬਰਾਂਡੇ ਦੇ ਵਿੱਚੋਂ ਤੇ ਫੇਰ ਆਪਾਂ ਲਾਵਾਂਗੇ ਪੋਚਾ ਤੇ ਹੁਣ ਤਾਂ ਧੁੱਪ ਵਗੈਰਾ ਬਹੁਤ ਸੋਹਣੀ ਝੜਨ ਲੱਗ ਗਈ ਏ ਧੁੱਪ ਰੋਜ਼ ਝੜ ਰੂਟੀਨ ਨਾਲ ਝੜਨ ਲੱਗ ਗਈ ਏ ਜਿੱਦਾਂ ਪਹਿਲਾਂ ਝੜਦੀ ਸੀ ਧੁੱਪਾਂ ਤੇ ਹੁਣ ਤਾਂ ਫਟਾਫਟ ਕੰਮ ਕਰਨ ਨੂੰ ਨਾ ਜੀ ਕਰਦਾ ਹੈ ਤੇ ਕਿੰਨੇ ਦਿਨ ਤੱਕ ਧੁੱਪ ਵਗੈਰਾ ਨਹੀਂ ਚੜੀ ਸੀਗੀ ਤੇ ਫਿਰ ਬਸ ਮਾੜੀ-ਮੋਟੀ ਸਫਾਈ ਹੁੰਦੀ ਸੀ ਬਸ ਝਾੜੂ-ਪੋਚਾ ਜਿਹਾ ਕਰ ਲਈਦਾ ਸੀ ਥੋੜਾ-ਬੋਟਾ ਤੇ ਫਿਰ ਧੂਣਾ ਧੂਣਾ ਨਹੀਂ ਤੋਤਾ ਨਹੀਂ ਜਾਂਦਾ ਸੀਗਾ ਕਿਉਂਕਿ ਫਿਰ ਸਫਾਈ ਸੁਕਦਾ ਨਹੀਂ ਸੀਗਾ ਇੱਕ ਤਰ੍ਹਾਂ ਦੀ ਸਫਾਈ ਵੀ ਨਹੀਂ ਚੰਗੀ ਤਰ੍ਹਾਂ ਹੋ ਰਹੀ ਸੀ ਸਿੰਪਲ ਜਿਹਾ ਝਾੜੂ-ਪੋਚਾ ਹੀ ਕਰੀਦਾ ਸੀ ਤੇ ਹੁਣ ਧੁੱਪ ਵਗੈਰਾ ਚੜਨੀ ਸ਼ੁਰੂ ਹੋ ਗਈ ਹੈ ਤਾਂ ਹੁਣ ਚੰਗੀ ਤਰ੍ਹਾਂ ਮੈਂ ਧੋ ਦਿੰਨੀ ਹੁੰਨੀ ਹੈ ਇੱਥੋਂ ਸਾਰਾ ਪਾ ਪੈਪ ਲਾ ਕੇ ਤੇ ਹੁਣ ਜੀ ਆਪਣੀ ਸਾਰੀ ਸਫਾਈ ਹੋ ਗਈ ਹੈ ਕੱਪੜੇ ਵੀ ਉੱਪਰ ਪਹਚਾਤੇ ਆ ਮੈਂ ਪੋਚਾ ਪੁਚਾ ਵੀ ਲਾ ਚੁੱਕੀ ਆ ਸਾਰੇ ਕਮਰਿਆਂ ਦੇ ਵਿੱਚ ਵੀ ਪੋਚਾ ਲੱਗ ਗਿਆ ਕਿਚਨ ਵਗੈਰਾ ਨੰ ਚੰਗੀ ਤਰ੍ਹਾਂ ਸਾਫ ਹੋ ਗਈ ਹੈ ਤੇ ਆ ਜੀ ਆਪਾਂ ਨੂੰ ਗਵਾਂਡ ਚ ਕਿਸੇ ਦਾ ਵਿਆਹ ਸੀ ਰਿਸ਼ਤੇਦਾਰਾਂ ਦਾ ਤੇ ਉਹ ਬਾਜੀ ਦੇ ਕੇ ਗਏ ਨੇ ਤੇ ਹੁਣ ਮੈਂ ਨਾ ਕੇ ਵੀ ਆ ਗਈਆਂ ਸਾਰਾ ਕੰਮ ਨਿਬੇੜ ਕੇ ਤੇ ਨਾਲ ਆਪਾਂ ਬਣਾਈਆ ਹੁਣ ਕੌਫੀ ਤੇ ਹੁਣ ਆਪਾਂ ਕੌਫੀ ਵੀ ਮੰਗੇ ਨਾਲ ਖਾਵਾਂਗੇ ਭਾਜੀ ਤੇ ਥੋੜੀ देर ਬੈਠਾਂਗੇ ਹੁਣ ਧੁੱਪੇ ਫਿਰ ਉਸ ਤੋਂ ਬਾਅਦ ਦੁਪਹਿਰ ਦੇ ਖਾਣੇ ਦੀ ਤਿਆਰੀ ਹੋ ਗਈ ਹੈ ਆਪਾਂ ਨੇ ਚਾਹ ਵਗੈਰਾ ਪੀ ਚੁੱਕੇ ਆ ਆਪਾਂ ਕੌਫੀ ਤੇ ਸਬਜ਼ੀ ਵਗੈਰਾ ਵੀ ਕੱਟ ਕੇ ਰੱਖ ਲਈ ਸੀ ਪਹਿਲਾਂ ਹੀ ਮੈਂ ਧੋ ਕੇ ਤੇ ਇੱਧਰ ਮੈਂ ਆਟਾ ਗੁੰਨਣ ਲੱਗੀ ਹੋਈ ਹਾਂ ਨਾਲ-ਨਾਲ ਮੈਂ ਸਬਜ਼ੀ ਦਾ ਤੜਕਾ ਭੁੰਦੀ ਪਈ ਆ ਤੇ ਧੁੱਪ ਵੀ ਬਹੁਤ ਜ਼ਿਆਦਾ ਵਧੀਆ ਚੜੀ ਹੋਈ ਐਨ ਭਾਵੇਂ ਹਵਾ ਚਲਦੀ ਐ ਠੰਡੀ ਪਰ ਧੁੱਪ ਵੀ ਐਨ ਵਧੀਆ ਤੇਜ਼ ਤੇ ਚੜੀ ਹੋਈ ਐ ਐਨ ਗੂੜੀ ਧੁੱਪ ਚੜੀ ਹੋਈ ਐ ਵਧੀਆ ਲੱਗਦੀ ਪਈ ਐ ਕੋਠੇ ਤੇ ਆਟਾ ਗੁੰਨ ਕੇ ਜਿਵੇਂ ਡੋਂਗੇਰੇ ਵਿੱਚ ਰੱਖ ਲਿਆ ਤੇ ਉਧਰ ਆਪਾਂ ਸਬਜ਼ੀ ਵੀ ਰੱਖਤੀ ਐ ਬਣਨ ਵਾਸਤੇ ਤੇ ਨਾਲ ਮੈਂ ਥੋੜੇ ਜਿਹਾ ਬਣਾਉਂਗੀ ਮੱਕੀ ਦੀ ਰੋਟੀਆਂ ਤੇ ਅੱਧਰ ਫਿਰ ਮੈਂ ਮੱਕੀ ਦਾ ਵੀ ਆਟਾ ਨਾਲ ਹੀ ਗੁੰਨਣ ਲੱਗ ਗਈ ਆ ਪਹਿਲਾਂ ਮੈਂ ਮੱਕੀ ਦੀ ਰੋਟੀ ਬਣਾ ਲਾਂਗੀ ਨਾਲ ਨਾਲ ਬਸ ਸਬਜ਼ੀ ਵੀ ਆਪਣੀ ਬਣ ਚੱਲੀ ਏ ਤੇ ਹੁਣ ਜੀ ਰੋਟੀ ਵਗੈਰਾ ਖਾ ਕੇ ਆਪਾਂ ਉੱਪਰ ਆ ਗਏ ਆ ਕੋਠੇ ਤੇ ਆ ਆ ਵੇਖੋ ਹਵਾ ਵੀ ਨਾਲ ਪੂਰੀ ਐ ਰੱਜ ਕੇ ਚੱਲਦੀ ਪਈ ਐ ਤੇ ਤੁੱਪ ਵੀ ਐਨ ਵਧੀਆ ਨਿਕਲੀ ਹੋਈ ਐ ਤੇ ਕੱਪੜਾ ਤਾਂ ਮਿੰਟੋ-ਮਿੰਟੀ ਸੁੱਕ ਜਾਂਦੇ ਨੇ ਹੁਣ ਤੇ ਹੁਣ ਮੈਂ ਤੁੱਪੇ ਬੈ ਕੇ ਲੱਗੀ ਆ ਗਾਜਰਾ ਕੱਟਣ ਵਾਸਤੇ ਸਬਜ਼ੀਆਂ ਵਗੈਰਾ ਆਈਆਂ ਸੀ ਮੰਡੀਆਂ ਤੇ ਮੈਂ ਗੋਭੀ ਪਹਿਲਾਂ ਹੀ ਕੱਟ ਕੇ ਰੱਖ ਦਿਤੀ ਐ ਤੇ ਗਾਜਰਾ ਛਿੱਲ ਕੇ ਮੈਂ ਰੱਖਤੀਆਂ ਸੀਗੀਆਂ ਤੇ ਹੁਣ ਮੈਂ ਕਿ ਚਲ ਮੈਂ ਬੈ ਕੇ ਕੱਟ ਲੈਣੀ ਐ ਗਾਜਰਾ ਧੁੱਪੇ ਧੁੱਪੇ ਤੇ ਕੱਟ ਕੇ ਫਿਰ ਮੈਂ ਫ੍ਰਿਜ ਦੇ ਵਿੱਚ ਰੱਖ ਦਿੰਨੀ ਹੁੰਨੀ ਐ ਜਦੋਂ ਫਿਰ ਆਪਾਂ ਨੂੰ ਲੋੜ ਪਵੇ ਸਬਜ਼ੀ ਵਾਸਤੇ ਫ੍ਰਿਜ ਚੋਂ ਕੱਢੋ ਤੇ ਬਣਾ ਲਓ ਫਟਾਫਟ ਤੇ ਆਹ ਵੇਖੋ ਜੀ ਤੁਹਾਨੂੰ ਆਲੇ ਦੁਆਲੇ ਦਾ 뷰 ਦਿਖਾ ਰਹੇ ਹਾਂ ਇਹ ਲੋ ਜੀ ਗਾਜਰਾ ਵੀ ਕੱਟ ਲਈਆਂ ਮੈਂ ਤੇ ਸ਼ਾਮ ਦੀ ਸਬਜੀ ਵਾਸਤੇ ਪਿਆਜ਼ ਵਗੈਰਾ ਵੀ ਕੱਟ ਲਿਆ ਤੇ ਹੁਣ ਆਪਾਂ ਬਸ ਜਿੰਨਾ ਚਿਰ ਤੇ ਉੱਪਰ ਰਹੇਗੀ ਸ਼ਾਮ ਤੱਕ ਕੋਠੇ ਤੇ ਬੈਠਾਂਗੇ ਆਰਾਮ ਕਰਾਂਗੇ ਕੰਮ ਆਪਣੇ ਸਾਰੇ ਨਿਬੜ ਗਏ ਨੇ ਰੋਟੀ ਰੋਟੀ ਵੀ ਆਪਾਂ ਖਾ ਚੁੱਕੀਆਂ ਦੁਪਹਿਰ ਦੀ ਤੇ ਆ ਹੈਗਾ ਜੀ ਸੰਡੇ ਸਵੇਰ ਦਾ ਦਿਨ ਤੇ ਇਧਰ ਮੈਂ ਜੀ ਗੋਭੀ ਕੱਟ ਕੇ ਰੱਖੀ ਹੋਈ ਸੀ ਪਹਿਲਾਂ ਹੀ ਕੱਲ ਹੀ ਕੱਟ ਲਈ ਸੀ ਗੋਭੀ ਤੇੰਨੂੰ ਮੈਂ ਕੋਸੇ ਪਾਣੀ ਦੇ ਵਿੱਚ ਥੋੜਾ ਜਿਹਾ ਲੂਣ ਪਾ ਕੇ ਭੋਂ ਕੇ ਰੱਖ ਦਿੱਤਾ ਸੀ ਗੋਭੀ ਨੂੰ ਵੀ ਚੰਗੀ ਤਰ੍ਹਾਂ ਸਾਫ਼ ਹੋ ਜਾਊਗੀ ਅੰਦਰ ਜਿੱਦਾਂ ਕੋਈ ਮਿੱਟੀ ਵਗੈਰਾ ਵੀ ਜੰਮੀ ਹੁੰਦੀ ਹੈ ਕੋਈ ਕੀੜਾ ਵਗੈਰਾ ਵੀ ਹੋਊਗਾ ਨਿਕਲ ਜਾਊਗਾ ਤੇ ਇਧਰ ਮੈਂ ਲੱਗੀ ਆ ਜੀ ਭਾਂਡੇ ਵਗੈਰਾ ਝੋੜਨ ਆ ਵੀ ਸਵੇਰ ਦਾ ਹੀ ਟਾਈਮ ਹੈਗਾ 10:00 ਵਜੇ ਦਾ ਤੇ ਪਰਨਾਮਾ ਕਿ ਮੈਂ ਟੋਕਰਾ ਬੇਲਾ ਕਰ ਲੈਣੀ ਆ ਭਾਂਡੇ ਆਪਣੇ ਰੇਕ ਦੇ ਵਿੱਚ ਲਾ ਦਿੰਨੀ ਆ ਤੇ ਆ ਛੋਟੀਆਂ ਪਲੇਟਾਂ ਇੱਧਰ ਛੋਟੇ ਰੈਕ ਦੇ ਵਿੱਚ ਲਾ ਰਹੀਆਂ ਮੈਂ ਕਿ ਉਧਰ ਮੈਂ ਆਲੂ ਵੀ ਰੱਖੇ ਹੋਏ ਨੇ ਉਬਾਲਣ ਵਾਸਤੇ ਕਿਉਂਕਿ ਬੇਟਾ ਮੇਰਾ ਆਲੂ ਵਾਲੀ ਰੋਟੀ ਖੁਸ਼ ਹੋ ਕੇ ਖਾਂਦਾ ਹੈ ਤੇ ਮੈਨੂੰ ਗੋਭੀ ਵਾਲੀ ਬਹੁਤ ਜ਼ਿਆਦਾ ਪਸੰਦ ਹੈ ਤੇ ਇਸ ਕਰਕੇ ਮੈਂ ਕਿਹਾ ਮੈਂ ਆਪਣੇ ਲਈ ਗੋਬੀ ਰੱਖ ਦਿੱਤੀ ਐ ਸਾਫ ਹੋਂ ਨੂੰ ਪਾਣੀ ਦੇ ਵਿੱਚ ਭਿਉ ਕੇ ਰੱਖ ਦਿੱਤੀ ਤੇ ਉਧਰ ਆਪਣੇ ਕੁੱਕਰ ਦੇ ਵਿੱਚ ਆਲੂ ਉਬਲਦੇ ਪਏ ਨੇ ਨਾਸ਼ਤੇ ਦੀ ਤਿਆਰੀ ਕਰ ਰਹੇ ਆਂ ਆਪਾਂ ਨਾਲ-ਨਾਲ ਕੰਮ ਕਰਾਂਗੇ ਘਰ ਦਾ ਆਏ ਥੋੜਾ ਮੌਸਮ ਹਲੇ ਐਦਾਂ ਹੀ ਬੱਦਲ ਵਾਈ ਜੀ ਲੱਗਦੀ ਵੀ ਧੁੱਪ ਤਾਂ ਚੜਦੀ ਪਈ ਐ ਪਰ ਬੱਦਲ ਵਾਈ ਜੀ ਐ ਪਰ ਦੁਪਹਿਰ ਤੋਂ ਬਾਅਦ ਬਹੁਤ ਸੋਹਣੀ ਧੁੱਪ ਚੜ ਗਈ ਸੀਗੀ ਤੇ ਹੁਣ ਜੀ ਗੋਭੀ ਨੂੰ ਆਪਾਂ ਟੋਕਰੀ ਦੇ ਵਿੱਚ ਕੱਢ ਕੇ ਰੱਖ ਲੈਣੇ ਆ ਇੱਕ ਵਾਰੀ ਹੋਰ ਚੰਗੀ ਤਰ੍ਹਾਂ ਪਾਣੀ ਨਾਲ ਧੋ ਲੈਣੀ ਆ ਮੈਨੂੰ ਤੇ ਇੱਧਰ ਆਪਣੇ ਆਲੂ ਵੀ ਉਬਲ ਗਏ ਨੇ ਆਲੂ ਵੀ ਮੈਂ ਛਿਲ ਕੇ ਰੱਖ ਲੈਨੇ ਤੇ ਪਿਆਜ਼ ਤੇ ਹਰੀ ਮਿਰਚ ਨੂੰ ਵੀ ਮੈਂ ਕੱਟ ਕੇ ਤੇ ਧੋ ਕੇ ਰੱਖ ਲਿਆ ਸੀਗਾ ਇੱਧਰ ਹਰਾ ਧਨੀਆ ਪਾਵਾਂਗੇ ਆਪਾਂ ਤੇ ਨਾਲ ਪਾਵਾਂਗੇ ਥੋੜਾ ਜਿਹਾ ਅਦਰਕ ਕद्दूकस ਕਰਕੇ ਤੇ 에ਰੀ ਪੂਰੀ ਰੈਸਪੀ ਨਹੀਂ ਮੈਂ ਤੁਹਾਨੂੰ ਦਿਖਾ ਰਹੀ ਕਿਉਂਕਿ ਆਪਾਂ ਬਲੌਗ ਦੇ ਵਿੱਚ ਹੀ ਥੋੜਾ ਥੋੜਾ ਕੁਝ ਸਾਰਾ ਦਿਖਾ ਰਹੇ ਹਾਂ ਪੂਰੀ ਰੈਸਪੀ ਨਹੀਂ ਮੈਂ ਦਿਖਾ ਰਹੀ ਹਾਂ ਤੇ ਹੁਣ ਜੀ ਮੈਂ ਇਧਰ ਗੋਭੀ ਨੂੰ ਵੀ ਕਦੂਕਸ਼ ਕਰ ਲਾਂਗੀ ਨਾਲ ਹੀ ਨਾਲ ਹੀ ਫਿਰ ਆਪਾਂ ਆਲੂ ਤੇ ਪਰੌਂਠੇ ਬਣਾਵਾਂਗੇ ਤੇ ਨਾਲ ਨਾਲ ਹੀ ਗੋਭੀ ਦੇ ਤੇ ਹੁਣ ਜੀ ਆਪਾਂ ਨਮਕ ਮਿਰਚ ਵਗੈਰਾ ਪਾ ਲਿਆ ਲੂਣ ਮਿਰਚ ਸਾਰਾ ਇਹਦੇ ਵਿੱਚ ਤੇ ਇਧਰ ਜੀ ਬੰਦੇ ਪਏ ਐ आलू वाले परोठे पल्ला बेटे वास्ते ते फिर ਹੁਣ ਜੀ ਮੈਂ ਆਪਣੇ ਗੋਭੀ ਵਾਲੇ ਬਣਾ ਲਏ ਆ ਪਰੌਂਠੇ ਤੇ ਮੇਰਾ ਗਲਾ ਥੋੜਾ ਜਿਹਾ ਠੀਕ ਨਹੀਂ ਸੀ ਇਸ ਕਰਕੇ ਫਿਰ ਮੈਂ ਅੱਜ achar ਨਹੀਂ ਲਵਾਂਗੀ ਵੈਸੇ achar ਨਾਲ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੇ ਮੈਂ ਸਿਰਫ ਚਾਹ ਤੇ ਮੱਖਣੀ ਨਾਲ ਹੀ ਖਾਵਾਂਗੀ ਤੇ ਬਾਕੀ ਸਾਰਿਆਂ ਨੂੰ ਅਖਬਾਰ ਤੇ ਨਾਸ਼ਤਾ ਤੇ ਹੁਣ ਬਸ ਮੈਂ ਖਾਣ ਲੱਗੀ ਆ ਮੈਂ ਵੀ ਹੁਣ ਬਸ ਅੰਦਰ ਲੈ ਕੇ ਚੱਲੀ ਆ ਆਪਣੀ ਰੋਟੀ ਤੇ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਗੋਭੀ ਵਾਲੇ ਪਰੌਂਠੇ ਵੀ ਤੇ ਹੁਣ ਜੀ ਆ ਹੈਗਾ ਸ਼ਾਮ ਦਾ ਟਾਈਮ ਸ਼ਾਮ ਦਾ ਵੀ ਕੀ ਰਾਤ ਦਾ ਟਾਈਮ ਹੈ ਤੇ ਹੁਣ ਮੈਂ ਲੱਗੀ ਆ ਪਲਾਓ ਬਣਾਉਣ ਤੇ ਮੈਂ ਕਿਹਾ ਅੱਜ ਹੂੰ ਸਬਜੀ ਖਾਣ ਦਾ ਦਿਲ ਨਹੀਂ ਕਰਦਾ ਵੈਸੇ ਮੈਂ ਕਿਹਾ ਚਲੋ ਆਪਾਂ ਪਲਾਓ ਬਣਾ ਲੈਂਦੇ ਆ ਤੇ ਇੱਧਰ ਤੇਲ ਪਾ ਕੇ ਮੈਂ ਕਾਲੀਆਂ ਮਿਰਚਾਂ ਤੇ ਜੀਰਾ ਪਾ ਕੇ ਭੁੰਨ ਲਿਆ ਸੀਗਾ ਪਿਆਜ਼ ਤੇ ਅਦਰਕ ਨੂੰ ਵੀ ਕਾਟ ਕੇ ਤੇ ਭੁੰਨ ਲਿਆ ਤੇ ਆਪਣੇ ਕੋਲ ਜੀ ਜਿਹੜੀ ਸਬਜ਼ੀਆਂ ਹੈਗੀਆਂ ਸੀ ਆਪਾਂ ਉਹ ਸਬਜ਼ੀਆਂ ਪਾਤੀਆਂ ਨੇ ਗਾਜਰ, ਮਟਰ, ਗੋਭੀ, ਆਲੂ ਤੇ ਆ ਥੋੜਾ ਜਿਹਾ ਲੂਣ ਮਿਰਚ ਪਾ ਦਾਂਗੀ ਬਸ ਹਲਦੀ ਥੋੜੀ ਜੀ ਮੈਂ ਤਾਂ ਪਾਤੀ ਐ ਥੋੜੇ ਕਲਰਫੁਲ ਵਧੀਆ ਲੱਗਣਗੇ ਚਾਹਣ ਗਰਮ ਮਸਾਲਾ ਕਾਲੀ ਮਿਰਚ ਵਗੈਰਾ ਵੀ ਪਾਤੀ ਐ ਤੇ ਕਾਫੀ ਦਿਨ ਅਵਰ ਪਲਾਉ ਬਣਾਏ ਸੀਗੇ ਬਹੁਤ ਟੇਸਟੀ ਬਣੇ ਸੀ ਪਲਾਉ ਵੀ ਅਨਾਲਾਪਾ ਪਾਵਾਂਗੇ ਜੀ ਸੋਇਆਬੀਨ ਦੀ ਬੜੀਆਂ ਤੇ ਹੁਣ ਆਪਾਂ ਜੀ ਛੋਲ ਤੇ ਬੜੀਆਂ ਇਕੱਠੀਆਂ ਪਾਤੀਆਂ ਨੇ ਛੋਲਣ ਤੋਂ ਬੜੀਆਂ ਨੂੰ ਮੈਂ ਦੋਨੋਂ ਨੂੰ ਪਹਿਲਾਂ ਹੀ ਭੋਂ ਕੇ ਰੱਖਤਾ ਸੀਗਾ ਧੋ ਕੇ 10 ਕੋਮਿੰਟ ਪਹਿਲਾਂ ਭੋਂ ਕੇ ਰੱਖਤੀ ਅਸੀਂ ਬੜੀਆਂ ਵੀ ਤੇ ਛੋਲ ਵੀ ਧੋ ਕੇ ਤੇ ਹੁਣ ਜੀ ਪਾਣੀ ਪਾ ਕੇ ਆਪਾਂ ਤੈਨੂੰ ਹੁਣ ਆਪਾਂ ਇੱਕ ਸੀਟੀ ਲਵਾ ਲਾਂਗੇ ਇੱਕ ਸੀਟੀ ਲਵਾਣ ਤੋਂ ਬਾਅਦ 1-2 ਮਿੰਟ ਲਈ ਮੈਂ ਥੋੜਾ ਘੱਟ ਸੇਕਾ ਕਰਕੇ ਰੱਖ ਦਾਂਗੀ ਫਿਰ ਇਹਨੂੰ ਆਪਾਂ ਭਾਫ਼ ਦੇ ਵਿੱਚ ਹੀ ਰਹਿਨ ਦਾਂਗੇ ਤੇ ਇਧਰ ਜੀ ਮੈਂ ਲੱਗੀ ਸੀ ਕਿਚਨ ਦੇ ਵਿੱਚ ਆ ਕੇ ਮੈਂ ਕਿਹਾ ਚੋਲਾ ਨੂੰ ਵੇਖਾਂ ਤੇ ਆ ਬਿੱਲੀ ਪੌੜੀਆਂ ਦੇ ਵਿੱਚ ਬੈਠੀ ਸੀ ਰਸੋਈ ਦੇ ਵਿੱਚ ਜਾਣ ਨੂੰ ਕਰਦੀ ਸੀਗੀ ਤੇ ਮੈਨੂੰ ਵੇਖ ਕੇ ਫਿਰ ਭੱਜ ਗਈ ਐ ਤੇ ਮੈਂ ਫਟਾਫਟ ਵੀਡੀਓ ਬਣਾ ਲਈ ਐ ਇਹਦੀ ਤੇ ਹੁਣ ਜੀ ਰਾਤੀ 7:10 ਵਜੇ ਦਾ ਟਾਈਮ ਐ ਦੇਖੋ ਤੇ ਹੁਣ ਜੀ ਮੈਂ ਚੋਲਾਂ ਦਾ ਕੁੱਕਰ ਟਕ ਖੋਲ ਕੇ ਤੇ ਦੇਖ ਲਿਆ ਟਕਨ ਤੇ ਚੋਲ ਆਪਣੇ ਜੀ ਬਣ ਗਏ ਨੇ ਉੱਤੋਂ ਦੀ ਆਪਾਂ ਪਾਰਾਂਗੇ ਹਰਾ ਧਨੀਆ ਧੋ ਕੇ ਰੱਖਿਆ ਹੋਇਆ ਸੀਗਾ ਤੇ ਹੁਣ ਆਪਾਂ ਗਰਮ ਗਰਮ ਪਲੇਟ ਦੇ ਵਿੱਚ ਕੱਢ ਲੈਣੇ ਆ ਖਾਣ ਵਾਸਤੇ ਤੇ ਜੇ ਫਰੈਂਡ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਤੇ ਮੇਰੇ ਬਲੌਗ ਕਿੱਦਾਂ ਦੇ ਲੱਗਦੇ ਨੇ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ